Thank you.
Go.
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਵਸਦਾਨੀ ਅੰਮ੍ਰਿਤ ਕੇ ਦਾਤੇ ਸਭ ਥਾਈ ਹੋਣਾ ਜੀ ਸਹਾਏ ਬਾਣੀ ਕੇ ਪੁਰਿਤ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਗੱਲ ਦਾ ਧਿਆਨ ਧਰ ਜਪੋ ਜੀ ਸਤਨਾਮ ਸ੍ਰੀ ਵਾਹਿ ਜੀ ਮੰਨਿਆ ਸਾਨੂੰ ਸਿੱਖਾਂ ਸ਼ਹੀਦਾਂ ਸੰਤਾਂ ਪੁਰਚਾਂ ਕੋ ਚੰਗੀਆਂ ਪੰਜਾਂ ਤੱਤਾਂ ਸਾਨੂੰ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਿਤ ਆਵਰ ਦਾ ਸਦਗਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇ ਦੇਖ ਦੇਖ ਫਤਿਹ ਬਿਰਦ ਕੀ ਬੈਲ ਪੰਥ ਕੀ ਦੇਖ ਸ੍ਰੀ ਸਾਹਿਬ ਜੀ ਸਹਾਈ ਗੁਰੂ ਖਾਲਸਾ ਜੀ ਕੀ ਬੋਲ ਬਾਰੇ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਤੀ ਆਪ ਜੀ ਦੇ ਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਦਾ ਰਾਖਾ ਆਪ ਸ੍ਰੀ ਅਕਾਲ ਪੁਰਖ ਜੀ ਵਾਹਿਗੁਰੂ ਗੁਰ ਸਿੱਖਾਂ ਨੂੰ ਸਿੱਖੀ ਦਾਨ ਰਹਿ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਦਰਸ਼ਨ ਇਸ਼ਨਾਨ ਸ੍ਰੀ ਗੋਵਰਧਨਪੁਰ ਕਾਸ਼ੀ ਵਾਰਾਣਸੀ ਸਤਿਗੁਰੂ ਦਾ ਜਨਮ ਸਥਾਨ ਮੰਡੂਵਾਡੀ ਸ੍ਰੀ ਗੁਰਦਾਸ ਇਤਿਹਾਸਕ ਸਥਾਨ ਸ੍ਰੀ ਚੰਦ ਛੋ ਗੰਗਾ ਅੰਮ੍ਰਿਤਕੁੰਡ ਸੱਚਖੰਡ ਸ੍ਰੀ ਗੁਰਦੁਆਰਾ ਸਾਹਿਬ ਸ੍ਰੀ ਬੇਗਮਪੁਰਾ ਹਰਦੁਆਰ ਸਾਹਿਬ ਸ੍ਰੀ ਪਾਠ ਸਾਹਿਬ ਜੀ ਭਗਵਾਨ ਵਾਲਮੀਕ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਚੌਂਕੀਆਂ ਝੰਡੇ ਗੁੰਗੇ ਜੁਗੂ ਜੁਗ ਅਟਲ ਧਰਮ ਦਾ ਜੈਕਾਰ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਇਹ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਉਂਟਿਆਂ ਦੀ ਕੋ ਨਿਆਸਿਆਂ ਦੀ ਆਸਰਾ ਸਹਿ ਸਤਿਗੁਰੂ ਗੁਰਦਾਸ ਮਹਾਰਾਜ ਜੀ ਭਗਵਾਨ ਵਾਲਮੀਕ ਮਹਾਰਾਜ ਜੀ ਬਾਬਾ ਸ੍ਰੀ ਚੰਦਰ ਭਗਵਾਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਸੱਚਖੰਡ ਵਾਸੀ ਸਿੰਧਵਾ ਧਿਆਨਦਾਈ ਸਿੰਧਵਾ ਢੰਗਦਾਈ ਸਿੰਧਵਾ ਸਾਧਨਾ ਦੀ ਪ੍ਰਤੀਨਿਧ ਕਰ ਲਈ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੀ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਗਰੀ ਕਰ ਸਤਿਗੁਰੂ ਜੀ ਜਿੱਥੇ ਬੈਸਨ ਸਾਹਿਬ ਜਨ ਸੁਖਾਨ ਸੁਣਦਾ ਕੋਈ ਸੇਵਕ ਸਮਰੱਥ ਆਪਣਾ ਬਿਨ ਸਹਿ ਸਮੁੰਦਾ ਪਤ ਤੋਂ ਉਦਾਹਰਣ ਪਾਰ ਬ੍ਰਹਮ ਸੰਤ ਬੀਰ ਮੰਦਾ ਭਗਤ ਵਸ਼ਨ ਤੇਰਾ ਬਿਰਧ ਹੈ ਜੁਗ ਜੁਗ ਵਰਤੰਦਾ ਨਾਨਕ ਜਾਜੈ ਇੱਕ ਨਾਮ ਮਨ ਧਨ ਸਤਿਗੁਰ ਜੀ ਅੱਜ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰ ਜੈ ਦਸ ਮਹਾਰਾਜ ਜੀ ਸ੍ਰੀ ਵਸਦਗਨ ਆਪ ਜੀ ਦੀ ਜਾਣ ਦੀ ਸੰਤਾਂ ਵੱਲੋਂ ਮਹਾਂਪੁਰਖਾਂ ਵੱਲੋਂ ਪ੍ਰਜਾਤ ਕੀਤੇ ਸਰਾਨਾ ਜੋਗ ਵਿਜੇ ਸਹਿ ਸਤਿਗੁਰੂ ਸ੍ਰੀ ਗੁਰੂ ਸਾਹਿਬ ਪਾਤਸ਼ਾਹ ਜੀ ਦੀ ਪ੍ਰਕਾਸ਼ ਦਿਵਸ ਸੀ ਭਗਵਾਨ ਸ੍ਰੀ ਚੰਦਰ ਮਹਾਰਾਜ ਆਪ ਨੂੰ ਖੁਸ਼ੀ ਦੇ ਅੰਦਰ ਪਰਸੋਂ ਦੇ ਰੋਜ਼ ਤੋਂ ਗੁਰਬਾਣੀ ਇਸ ਜਗ ਮੈਂ ਜਾਣਨ ਕਰਮ ਵਸੈ ਨਾ ਪਾਏ ਗੁਰਬਾਣੀ ਗਾਵੋ ਭਾਈ ਵਸੈ ਵਸੈ ਬੜੀ ਸੋਹਣੀ ਗਾਵੀ ਬਾਣੀ ਸੱਚਖੰਡ ਦਰ ਪ੍ਰਵਾਨ ਕਰਨੀ ਬਾਣੀ ਦਾ ਉਚਟਾ ਉਸ ਨੂੰ ਸੰਗਤਾਂ ਦੇ ਹਿਰਦਿਆਂ ਤੇ ਨਿਵਾਸ ਗੁਰਸਿੱਖੀ ਸਤਿਗੁਰ ਜੀ ਇਹਨਾਂ ਖੁਸ਼ੀਆਂ ਅੰਦਰ ਆਪ ਜੀ ਨੂੰ ਸੋਹਣੇ ਤੇ ਸੁੰਦਰ ਮਾਤਾ ਸਾਹਿਬ ਕਵਿਤਾ ਕੀਤੀ ਸਤਿਗੁਰ ਜੀ ਆਪ ਜੀ ਨੇ ਕੀ ਕਰ ਕੀਤੇ ਨਸੀਬਕ ਸੰਗਤਾਂ ਦੇ ਲੋਕ ਪ੍ਰਲੋਕ ਪਰਦੇ ਕਰੇ ਪਾਤਸ਼ਾਹ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਜਗਤ ਭਿਟਾਮਾ ਮਾਇਆ ਸਭਲੀ ਕੀਤੀ ਪਾਤਸ਼ਾਹ ਦਰਗਾਹ ਦੇ ਵਿਦਵਾਨ ਗੁਰੂ ਪਾਤਸ਼ਾਹ ਅਰਵਿੰਦ ਕੁਮਾਰ ਜੀ ਭਗਵੰਤ ਕਰਵਾਲ ਪਾਤਸ਼ਾਹ ਦੀ ਚਰਨਾ ਸੇਵਾ ਲੈਂਦੇ ਹੋਏ ਆਪ ਜੀ ਦੇ ਵਜ਼ੀਰਾਂ ਦੀ ਭੇਡਾ ਗੁਰੂ ਕੇਸਗੜ੍ਹ ਪਾਤਸ਼ਾਹੀ ਮਹਾਂਪੁਰਸ਼ਾਂ ਦੇ ਚਾਦਰ ਵਸਤਰ ਮਾਇਆ ਸਭਲੀ ਕੀਤੀ ਹੈ ਸਤਿਗੁਰ ਜੀ ਜਿਨ੍ਹਾਂ ਮਨੋਰਥ ਕਰ ਆਰਾਧਾ ਹੈ
ਸੋ ਸੰਤਨ ਤੇ ਪਾਵ ਸਤਿਗੁਰ ਜੀ ਇਹਦਾ ਮਨੋ ਮਾਮਲਾ ਲੈ ਕਰਕੇ ਆਪ ਦੀਆਂ ਲਾੜੀਆਂ ਸੰਗਤਾਂ ਚੱਲ ਕੇ ਆਪ ਦੇ ਕਦਮਾਂ ਵਿੱਚ ਗੁਰੂ ਪਾਤਸ਼ਾਹ ਗੁਰ ਸੰਗਤ ਰੋਜ਼ਦੋਂ ਸੇਵਾਵਾਂ ਕੀਤੀਆਂ ਪਾਤਸ਼ਾਹ ਪ੍ਰਬੰਧ ਕਰਨ ਚੜ੍ਹਦੀ ਕਲਾ ਵਿੱਚ ਕਰਨੀ ਆਪਣੇ ਚਰਨਾਂ ਦੀ ਪ੍ਰੀਤੀ ਅੰਮ੍ਰਿਤ ਵੇਲੇ ਦੀ ਦਾਤ ਉਜਵਲ ਬੁੱਧੀ ਸਤਿਆ ਸੰਤੋ ਭਾਉ ਪ੍ਰੇਮ ਨਗਰ ਵਿੱਚ ਸੁਖ ਸ਼ਾਂਤੀ ਚਰਨਾਂ ਨਾਲ ਜੁੜ ਕੇ ਰਹਿਤਾਂ ਦੀ ਬਰਖਾ ਕਰਦੇ ਸਤਿਗੁਰ ਜੀ ਅਸੀਂ ਹਰ ਪੱਗ ਦੀ ਦੁੱਖ ਨੂੰ ਭੁੱਲਣ ਵਾਲਾ ਸਤਿਗੁਰ ਜੀ ਆਪ ਜੀ ਵਾਸਤੇ ਸੰਤਾਂ ਵਾਸਤੇ ਅੰਮ੍ਰਿਤ ਕੜਾਪ ਚੈ ਦੇ ਸੱਜ ਕੇ ਹਾਜ਼ਰ ਹੈ ਸਤਿਗੁਰ ਜੀ ਭੋਜਨ ਪਟਾਈ ਸੱਜ ਕੇ ਹਾਜ਼ਰ ਹਨ ਸਰਵੈ ਏਕ ਅਨੇਕ ਸਵਾਮੀ ਸਭ ਘਟ ਭੋਗਵੈ ਸੋਈ ਕਹੁਣ ਉਦਾਸ ਹਾਥ ਪਹਿਲੇ ਵੀ ਸਹਿਜੇ ਪਾਤਸ਼ਾਹ ਭੋਗ ਲਾਉ ਸੀਤ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਛਕੇ ਆਪ ਜੀ ਦਾ ਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਪੇ ਪਾਤਸ਼ਾਹ ਉਹਨਾਂ ਕੋਲ ਦੀ ਕਿਰਪਾ ਕਰੋ ਕਿਰਪਾ ਹੁਕਮ ਨਾਮੀ ਬਖਸ਼ ਕੇ ਸੰਗਤਾਂ ਨੂੰ ਨਦਰੀ ਨਦਰ ਨਿਹਾਲ 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 ਕਿਰਪਾ ਕਰੋ ਜੀ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਪਾਵੇ ਨਾਨਕ ਨਾਮ ਚੜ੍ਹਦੀ ਕਲਾ ਤੇ ਪਾਣੀ ਸਰਬੱਤ ਦਾ ਅੰਤਰ ਪਰਸੋ ਹੀਰਾ ਛਾਟ ਕਰੇ ਜਨਮ ਵਿਛੜੇ ਤੇ ਮਾਤੋ ਹੀ ਜਨਮ ਤੁਮਾਰੇ ਲੇ ਕੇ ਕਰ ਰਬ ਦਾਸ ਆਸ ਲਗਦੀ ਮੋ ਤੇਰ ਭਇਓ ਦਰਸ਼ਨ ਦੇ ਕੇ ਕਰ ਰਬ ਦਾਸ ਆਸ ਲਗਦੀ ਮੋ ਤੇਰ ਭਇਓ ਦਰਸ਼ਨ ਦੇ ਕੇ ਜਮੀਨ ਨਾਨਕ ਕੇ ਸਵਾਮੀ ਸਰਬ
ਪਤ ਪੂਰਨ ਠਾਕੁਰ ਮੇਰਾ ਸਰਣ ਸਮਰਥ ਅਗਥ ਅਗੋਚਰਾ ਪਤਤ ਉਦਾਹਰਣ ਨਾਮ ਤੇਰਾ ਅੰਤਰ ਜਾਮੀ ਨਾਨਕੇ ਸਵਾਮੀ ਸਰਬਤ ਪੂਰਨ ਠਾਕੁਰ ਮੇਰਾ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤਿ ਸ੍ਰੀ ਵਾਹਿਗੁਰੂ ਉਸੇ ਨੂੰ ਗੁਰਦੇਵ ਨੇ ਆਖਿਆ
ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ। ਉਮਰ ਉਹੀ ਤੇ ਦੇਖੇ ਜੋ ਜਾਤ ਸਾਈ ਦੀ ਹੁੰਦੇ। ਤੁਸਾਓ ਸੰਗਤ ਜੀ ਆਓ ਸੂ ਸੰਗਤ ਕਿਰਪਾ ਕਰੋ ਗੜ ਕੇ ਆਪਣੇ ਜੀ ਸਤਨਾਮ ਸ੍ਰੀ ਸ੍ਰੀ ਵਾਹਿਗੁਰੂ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਸਹਿਬੰ ਗੁਰੂ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਤੈਤੀ ਸੱਚ ਨਾਨਕ ਹੋਸੇ ਤੀਏ ਸੱਚ। ਨਾਨਕ ਹੋਸੇ ਤੀਏ ਸੱਚ ਸਤਿਗੁਰ ਮੂਰਤ ਕੋ ਬਨ ਜਾਉ ਸਤਿਗੁਰ ਮੂਰਤ ਕੋ ਬਨ ਜਾਉ ਅੰਤਰ ਪਿਆਸ ਜਤ ਕਿਤਿ ਜਲ ਕੀ ਸਫਲ ਦਰਸ਼ਨ ਕਦ ਪਾਉ ਅਨਾਥ ਗੁਨਾਥ ਸਰਬ ਪ੍ਰਤਿਪਾਲਕ ਭਗਤ ਬਚਲ ਹਰ ਨਾਉ ਜਾ ਕੋ ਕੋਈ ਨ ਰੱਖੈ ਪ੍ਰਾਣੀ ਕਿਸ ਤੋਂ ਦੇ ਅਸਰਾਉ ਨੀ ਤਰਿਆ ਤਰ ਨੀ ਗਤਿਆ ਗਤ ਨੀ ਥਾਵਿਆ ਤੂੰ ਥਾਉ ਇੱਕ ਸਤੇ ਲੱਖ ਲੱਖ ਤੇ ਇੱਕ ਤੇਰੀ ਗੱਤ ਮਿੱਤ ਕਹਿ ਨਾ ਸਕਾਂ ਤੂੰ ਬੇਅੰਤ ਤੇਰੀ ਮਿੱਤ ਨਹੀਂ ਪਾਈ ਹੈ ਸਭ ਤੇਰੇ ਖੇਲ ਦਿਖਾਓ ਤੈ ਦਿਸ ਜਾਉ ਤਹਾਂ ਤੂੰ ਸੰਗੇ ਕੀਰਤ ਕਰਮ ਕਮਾਓ ਦੈ ਦਿਸ ਜਾਉ ਤਹਾਂ ਤੂੰ ਸੰਗੇ ਤੇ ਕੀਰਤ ਕਰਮ ਕਮਾਓ ਸਾਧਨ ਕਾ ਸੰਗ ਸਾਧ ਸਿਉ ਦੋਸਤੇ ਤੇ ਸੰਤਨ ਸਿਉ ਲਿਵ ਲਾਉ ਜਨ ਨਾਨਕ ਪਾਇਆ ਹੈ ਗੁਰਮਤ ਦਰਸ ਮਨ ਜਨ ਨਾਨਕ ਪਾਇਆ ਹੈ ਗੁਰਮਤ ਦਿਉ ਦਰਸ ਮਨ ਜਾ ਸਾਰੇ
ਸਤ ਸੰਗਤ ਜੀ, ਬੀਤੇ ਦਿਨ 1 ਸਤੰਬਰ ਪੂਰੇ ਵਿਸ਼ਵ ਤੇ ਸਹਿਬ ਸਤਿਗੁਰੂ ਸ੍ਰੀ ਗੁਰੂ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਗੁਰਪ੍ਰੀਆਂ ਲਾੜੀਆਂ ਸੰਗਤਾਂ ਵੱਲੋਂ ਆਦਰ ਸਤਿਕਾਰ ਭਾਵਨਾਵਾਂ ਸਹਿਤ ਮਨਾਇਆ ਗਿਆ। 2 ਸਤੰਬਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਮਨਾਏ ਗਏ। ਸਤਸੰਗਤ ਜੀ, 4 ਸਤੰਬਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ੁਭ ਵਿਵਾਹ ਦਿਵਸ ਬਟਾਲੇ ਦੀ ਧਰਤੀ, ਜਦ ਸੰਗਤਾਂ ਨੇ ਸਤਿਗੁਰੂ ਦੇ ਚਰਨਾਂ ਦਾ ਲਾਹਾ ਲਿਆ। ਕੱਲ੍ਹ ਦਾ ਦਿਨ 5 ਸਤੰਬਰ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦੇ ਆਗਮਨ ਗੁਰਪੁਰਬ, ਵਿਸ਼ਵ ਦੀਆਂ ਸੰਗਤਾਂ ਦੇ ਆਦਰ ਭਾਵਨਾ ਸ਼ਰਧਾ ਖੁਸ਼ੀਆਂ ਦੇ ਨਾਲ ਮਨਾਇਆ। ਮਹਾਂਪੁਰਸ਼ ਸਤਿਗੁਰ ਪਾਤਸ਼ਾਹ ਬਚਨ ਕਰਦੇ ਨੇ, ਸਤਿਗੁਰ ਮੂਰਤ ਕੋ ਪਰਮਾ, ਇਹ ਜਿਹੜੇ ਸਤਿਗੁਰਾਂ ਦੀ ਰਹਿਮਤ ਭਰੀ ਕੀਤੀ ਕਰਮ ਜੋ ਅੱਜ ਅਸੀਂ ਕਮਾ ਰਹੇ, ਸਤਿਗੁਰ ਕਹਿੰਦੀ ਭਰੇ ਹਾਰ ਜਾਂਦੇ ਕੁਰਬਾਨ ਜਾਂਦੇ, ਇਹੋ ਜਿਹਾ ਪ੍ਰੇਮ ਰੰਗ, ਇਹੋ ਜਿਹੇ ਰਹਿਮਤ, ਇਹੋ ਜਿਹਾ ਸੁਮੇਲਾ, ਇਹਨਾਂ ਦੇ ਅੰਦਰ ਪੁੱਗੀ ਹੀ ਬਾਣੀ ਨਾ ਵੀ ਤੜਪ ਵੀ ਪਿਆਸ ਹੀ ਇਹੋ ਪ੍ਰੇਮ, ਇਹੋ ਸ਼ਰਧਾ, ਇਹੋ ਭਾਵਨਾਵਾਂ ਪੈਦਾ ਕਰਨ ਲਈ ਗੁਰੂ ਲੋਕ ਇਸ ਧਰਤੀ ਤੇ ਆਉਂਦੇ ਨੇ। ਗੱਲ ਕੀ ਆਪੂ ਸਤਨਾਮ ਪਾਤਸ਼ਾਹ ਕੀ ਬਦਲ ਕਰਦੇ ਅਨਾਥਾਂ ਪੁਨਾ, ਜਿਹਨਾਂ ਨੂੰ ਕੋਈ ਗਿਆਨ ਨਹੀਂ, ਜਿਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ, ਜਿਹਨਾਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ, ਉਹਨਾਂ ਦੇ ਜਿੱਤੇ ਰੱਬ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਭੇਜ ਦਿੱਤਾ। ਅਨਾਥਾਂ ਤੋਂ ਨਾਥ ਸਰਬ ਪ੍ਰਤਪਾਲਕ, ਕਿਉਂਕਿ ਉਹ ਸਭਨਾਂ ਲਈ ਹੁੰਦੇ ਨੇ, ਇੱਕ ਪਰਿਵਾਰ ਲਈ, ਇੱਕ ਕੌਮ ਲਈ ਨਹੀਂ, ਥਾਂ ਜਿਹਨਾਂ ਦਾ ਕੋਈ ਥਾਂ ਨਹੀਂ ਉਹਨਾਂ ਦਾ ਕੋਈ ਥਾਂ ਬਣ ਜਾਂਦਾ ਹੈ। ਇੱਕ ਤੇ ਲੱਖ ਪਰਮੇਸ਼ਰ ਇੱਕ ਤੂੰ ਹੈ, ਜਿਹਦੇ ਤੋਂ ਲੱਖਾਂ ਦੁਨੀਆਂ ਪੈਦਾ ਹੋਈ, ਪਰ ਗੱਲਿਆਂ ਵਿੱਚ ਹੁੰਦੇ ਪ੍ਰਗਟ ਹੋ ਜਾਂਦਾ ਹੈ। ਇੱਕ ਤੇ ਲੱਖ ਲੱਖ ਤੇ ਏਕਾ ਤੇਰੀ ਗਤਮ ਤੇ ਕਹਿ ਨਾ ਸਕਾਂ, ਤੇਰੀ ਸ਼ਕਤੀ, ਤੇਰੀ ਮਹਿਮਾ, ਤੇਰਾ ਜਸ ਕਹਿ ਨਹੀਂ ਦੱਸ। ਇੱਕ ਤੇ ਲੱਖ ਲੱਖ ਤੇ ਏਕਾ ਤੇਰੀ ਗਤਮ ਤੇ ਕਹਿ ਨਾ ਸਕਾਂ, ਤੂੰ ਬੇਅੰਤ ਤੇਰੀ ਬਿੰਦ ਨਹੀਂ ਪਾਈ, ਇਹ ਸਭ ਤੇਰੇ ਕੀ, ਤੂੰ ਬੇਅੰਤ ਤੇਰਾ ਕੋਈ ਪਾਰਾਵਾਰ ਗਿਣਤੀ ਮਿੱਟੀ ਕੀਤੀ ਜਾ ਸਕਦੀ ਨਹੀਂ, ਤੇਰੀ ਬਿੰਦ ਨਹੀਂ ਪਾਈ, ਇਹ ਸਭ ਤੇਰੇ ਖੇਡ ਦਿਖਾਓਗੇ। ਤਾਂ ਤੂੰ ਸਾਨੂੰ ਸੰਸਾਰੀ ਜੀਵਾਂ ਨੂੰ ਅਸਚਾਲ ਦੀ ਖੇਡ ਖੇਡ ਕੇ ਰਜਾਉਣਾ ਹੈ, ਆਪਣੀ ਕੀਮਤੀ ਦੇ ਅੰਦਰ ਲਾਉਣਾ। ਦੈਂਤ ਸਜਾਓ ਤਾਂ ਤੂੰ ਸੰਗੇ, ਤੇਰੀ ਕੀਮਤ ਕਰੋ ਕਮਾ, ਇਸ ਲਈ ਅਸੀਂ ਜਿੱਥੇ ਵੀ ਜੀਵਦੇ ਹਾਂ ਉੱਥੇ ਤੂੰ ਕੰਮ ਸੰਗ ਹੈ, ਤੇਰੀ ਕੀਮਤ ਕਰਨ ਕਮਾਉਣ ਚਾਹੁੰਦੇ ਹਾਂ, ਹਰ ਪਲ ਹਰ ਸਵਾਸ ਤੇਰਾ ਜਸ ਤੇਰੀ ਕੀਮਤੀ ਕੀਤੀ ਜਾਏ, ਸਾਧਨ ਕਸਾਂ ਇਸ ਲਈ ਤੇਰੇ ਪਿਆਰਿਆਂ ਸੰਤਾਂ ਸਾਧਨਾਂ ਦੀ ਸੰਗਤ ਵਿੱਚ ਆਉਂਦੇ, ਸਾਧ ਸਿੰਘ ਗੋਸ਼ਤ ਉਹਨਾਂ ਦੇ ਨਾਲ ਵਿਚਾਰਾਂ ਕਰਦੇ ਹਾਂ, ਤੇਰੇ ਸੰਤਨ ਸੁਲ ਲਾਓ ਤੇਰੇ ਰੱਬੀ ਪਿਆਰਿਆਂ ਦੀ ਵਚਨਾਂ ਦੇ ਅੰਦਰ ਲਿਵ ਲੱਗ ਜਾਂਦੀ ਹੈ। ਗੱਡ ਕੇ ਆਖੂ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਨੇ ਕੋਈ ਗੱਲਾਂ ਦਿੱਤਾ, ਕਹਿੰਦੇ ਜਨ ਨਾਨਕ ਇਹ ਦਾਸਾਂ ਦੀ ਦਾਸ ਨਾਨਕ ਕਹਿ ਦੇ, ਕੀ ਕਹਿਣਾ ਹੈ, ਪਾਇਆ ਹੈ ਗੁਰਮਤ ਜਿਹਨਾਂ ਨੇ
ਗੁਰਮਤਿ ਸਦਕਾ ਪਰਮੇਸ਼ਰ ਤੈਨੂੰ ਪ੍ਰਾਪਤ ਕਰ ਲਿਆ ਏ, ਪਾ ਲਿਆ ਏ, ਪਹਿਚਾਣ ਲਿਆ ਏ, ਪ੍ਰਾਪਤ ਕਰ ਲਿਆ ਏ, ਇਹੋ ਦਸ ਮਨ ਚੜ੍ਹ ਸਾਡੇ ਹਿਰਦੇ ਤੇ ਚਾਹੇ ਕਿ ਸਾਨੂੰ ਵੀ ਇਹਦੇ ਰੱਬੀ ਪਿਆਰਿਆਂ ਦਾ ਦਰਸ਼ਨ ਹੋ ਜਾਵੇ। ਤੂੰ ਦਰਸ਼ਨ ਨੂੰ ਲੈ ਕਰਕੇ ਸਤਸੰਗ ਦੀ ਸਤਿਗੁਰਾਂ ਨੇ ਆਖਿਆ ਸਗਲ ਭਵਨ ਕੇ ਇਹਨਾਂ ਨੇ ਕਰਕੇ ਕਿਸੇ ਨੂੰ ਦਰਸ਼ਨ ਕਰਿਆ। ਉਸੇ ਦਰਸ਼ਨ ਦੇ ਕੰਮ ਨੂੰ ਰੱਖ ਕੇ ਸਾਹਿਬ ਗੁਰੂ ਨਾਨਕ ਕਹਿੰਦੇ ਨੇ ਹੋਂ ਕੁਰਬਾਨਾ ਜਾਉ ਤੈਨਾਂ ਕੀ, ਹੋਂ ਕੁਰਬਾਨਾ ਜਾਉ ਤੈਨਾਂ ਕੀ, ਲੈਣ ਦਿੱਤੀ ਰਾ ਨਾ ਹੋ ਲੈਣ ਦਿੱਤੀ ਰਾ ਨਾ ਤੈਨਾਂ ਗਏ। ਹੁਣ ਸਾਧਕ ਕੁਰਬਾਨੇ ਕਾਇਆ ਰੰਗਣ ਜੀਠੀ ਪਿਆਰੀ ਪਾਈਏ ਨਾਮ ਜੀਠ ਰੰਗਣ ਵਾਲਾ ਜੀ ਰੰਗੀ ਸਾਹਿਬ ਐਸਾ ਰੰਗ ਰੰਗੇ ਜ਼ਿੰਦਗੀ ਚੋਲੇ ਰੰਗੜੇ ਪਿਆਰੇ ਅੰਤ ਤੈਨਾਂ ਕੀ ਪਾਸ ਤੂੜ ਤੈਨਾਂ ਕੀ ਕੀ ਮਿਲਦੀ ਕੋ ਨਾਨਕ ਕੀ ਆਪੇ ਸਾਜੇ ਆਪੇ ਰੰਗੇ ਪਰਮੇਸ਼ਰ ਆਪ ਸਾਜਦਾ ਏ ਤੇ ਆਪੇ ਆਪਣਾ ਪ੍ਰੇਮ ਪੈਦਾ ਕਰ ਦਿੰਦਾ ਹੈ ਆਪੇ ਨਦਰ ਕਰੇ ਨਾਨਕ ਕਾਮਨ ਕਰਦਾ ਜਿਹੜੇ ਦੇਹ ਪਰਮੇਸ਼ਰ ਨੂੰ ਭਾ ਜਾਂਦੇ ਨੇ ਉਹਨਾਂ ਨੂੰ ਵੀ ਆਪਣੇ ਚਰਨਾਂ ਨਾਲ ਜੋੜ ਲੈਂਦਾ ਏ ਲੜ ਕੇ ਹੁਣ ਸਤਨਾਮ ਉਹਨਾਂ ਨੂੰ ਮੇਰੇ ਗੁਰਦੇਵ ਕਹਿੰਦੇ ਧੰਨ ਧੰਨ ਸਤ ਸੰਗਤ ਉਹ ਸੰਗਤਾਂ ਧੰਨਤਾ ਯੋਗ ਨੇ ਜਿਹਨਾਂ ਨੂੰ ਸਤਿਗੁਰ ਦੀ ਸੰਗਤ ਨਸੀਬ ਹੁੰਦੀ ਧੰਨ ਧੰਨ ਸਤ ਸੰਗਤ ਜਿੱਤ ਹਾਲਤ ਪਾਇਆ ਮੇਰ ਜਨ ਨਾਨਕ ਨਾਮ ਪ੍ਰਕਾਸ਼ ਗਿਆਨ ਦਾ ਪ੍ਰਕਾਸ਼ ਗੁਰੂ ਦੀ ਮੱਤ ਉਹਨਾਂ ਨੂੰ ਬਖਸ਼ਿਸ਼ ਹੋ ਜਾਂਦੀ ਤੇ ਜਿਹੜੇ ਸਤਿਗੁਰ ਦੀ ਛਣ ਜਿਹਨਾਂ ਨੂੰ ਨਸੀਬ ਨਹੀਂ ਹੋਈ ਉਹਨੂੰ ਸਾਹਿਬ ਕਹਿੰਦੇ ਨੇ ਇੱਕ ਜੀਵਨ ਜਿਹੜਾ ਸਤਿਗੁਰ ਦੀ ਸੰਗਤ ਤੋਂ ਬਿਨਾਂ ਸਮਾਂ ਨਿਕਲ ਗਿਆ ਉਹ ਵਿਦਿਆਰਥ ਜਿਹੜਾ ਰਹਿੰਦਾ ਉਹ ਵਿਦਿਆਰਥ ਉਸਨੂੰ ਸਾਹਿਬ ਕਹਿੰਦੇ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਪੁੱਛੀਆਂ ਨਾ ਮੇਰਾ ਸਭ ਕੋਲ ਗੱਲ ਹੀ ਉੱਚੀਆਂ ਹੁਣ ਦੁਨੀਆਂ ਦੀਆਂ ਚੌਧਰਾਂ ਦੁਨੀਆਂ ਦੀਆਂ ਬਣਾਈਆਂ ਸਾਰੀਆਂ ਵਿਅਰਥ ਨੇ ਚੌਥੀਆਂ ਨੇ ਝੂਠੀਆਂ ਨੇ ਇਸ ਲਈ ਸਾਹਿਬ ਕਹਿੰਦੇ ਨੇ ਕਰੋ ਕਿਰਪਾ ਪ੍ਰਭ ਕਰਨਾ ਹਾਰੇ ਮੇਲੇ ਹੋ ਨਾਨਕ ਵਿਚਾਰੇ ਅਸੀਂ ਤੇਰੇ ਚਰਨਾਂ ਦੇ ਵਿਚਾਰੇ ਨੇ ਮਾਣੇ ਨਾ ਦਿਖਾਣੇ ਆ ਆਪਣੇ ਚਰਨਾਂ ਨਾਲ ਮਿਲ ਕੇ ਰੱਖੀ ਕਰਕੇ ਆਖੋ ਸਤਨਾਮ ਸਤਸੰਗ ਜੀ ਦੋ ਇਤਿਹਾਸ ਪੜ੍ਹਦੇ ਹਾਂ ਸਤਸੰਗ ਜੀ ਸਹਿਬ ਸਤਿਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੀ ਸਤਸੰਗ ਜੀ ਕਹਿ ਦੁਖੀ ਮਾਤਾ ਭਾਨੀ ਦੀ ਭੁੱਖ ਤੋਂ ਭਾਗ ਲੱਗੇ ਨੇ ਤਿੰਨ ਪੁੱਤਰਾਂ ਨੇ ਜਨਮ ਲਿਆ ਵੱਡੇ ਪੁੱਤਰ ਬਾਬਾ ਦੱਖੀ ਜਾਂਦੇ ਉਹਨਾਂ ਤੋਂ ਛੋਟੇ ਬਾਬਾ ਮਹਾਂਦੀਪ ਜੀ ਸਭ ਤੋਂ ਛੋਟੇ ਸਹਿਬ ਸਤਿਗੁਰੂ ਅਰਜਨ ਦੇਵ ਜੀ ਸਤਸੰਗ ਜੀ ਜੋ ਸ਼ਰਨ ਆਵੇ ਇਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਦਾ ਜਿਹੜਾ ਸ਼ਰਨ ਵਿੱਚ ਆ ਜਾਂਦਾ ਏ ਉਹਨੂੰ ਪਰਮੇਸ਼ਰ ਗਲੇ ਲੱਗਦਾ ਸਾਸਨ ਨੇ ਜਿਹੜੇ ਕੋਲ ਰਹਿੰਦਿਆਂ ਹੋਇਆਂ ਵੀ ਅਗਿਆਨਤਾ ਦੇ ਅੰਧੇਰੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਤੁਸੀਂ ਰੱਬ ਹੀ ਬਖਸ਼ੇ ਸਾਸਨ ਨੇ ਮਾਫ ਕਰਨਾ ਧੰਨ ਸਤਿਗੁਰੂ ਰਾਮਦਾਸ ਜੀ ਮਹਾਰਾਜ ਇਹਨਾਂ ਵਾਸਤੇ ਵਜਨੇ ਧੰਨ ਧੰਨ ਸਤਿਗੁਰੂ ਰਾਮਦਾਸ ਜੀ ਨੇ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਲਾ ਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਕਰ ਪਾਰ ਬ੍ਰਹਮ ਨੰਦ ਨਮਸਕਾਰਿਆ ਤੂੰ ਅਟਲ ਅਥਾ ਅਤੋਲ ਤੂੰ ਪਿਆਰ ਅਨਾ ਪਾਰਾ ਵਾਰਿਆ ਸਤਸੰਗ ਜੀ ਐਸੇ ਦੀਨ ਦਿਆਲ ਸਤਿਗੁਰੂ ਰਾਮਦਾਸ ਇਹਨਾਂ ਦੇ ਵੱਡੇ ਪੁੱਤਰ ਬਾਬਾ ਬੇਦੀ ਜਾਂਦੇ ਅੱਠਾਂ ਗੁਰੂਆਂ ਦੇ ਨਾਲ ਰਿਸ਼ਤੇਦਾਰੀ ਤੇ ਨਾਮ ਮਨਮੁਖ ਉਹਨਾਂ ਤੋਂ ਛੋਟੇ ਬਾਬਾ ਮਹਾਂਦੇਵ ਜੀ ਮਸਤ ਤੇ ਤੀਜਾ ਪੁੱਤਰ ਜਿਹਨੂੰ ਸਾਹਿਬ ਨੇ ਬਾਣੀ ਤੋਂ ਲੈਂਦਾ ਕਹਿੰਦੇ ਧਾਰਨ ਗਗਨ ਨਭ ਖੰਡ ਮਿਲ ਜਦੋਂ ਮੈਂ ਧਰਤੀ ਦੀ ਗੋਦ ਅੰਦਰ ਦੇਖਦਾ ਆਕਾਸ਼ ਤੱਕ ਧਰਤੀ ਤੋਂ ਆਕਾਸ਼ ਤੱਕ ਦੇਖਦਾ ਹਾਂ ਜੋਤ ਸਾਰੂਪੇ ਰਹੇ ਉਹ ਭਾਰ ਪਰਮੇਸ਼ਰ ਤੇਰੀ ਜੋਤ ਹੈ ਸਭਨਾ ਵਿੱਚ ਬਿਰਾਜਮਾ ਨੇ ਪਰ ਗੁਰ ਅਰਜਨ ਪ੍ਰਤੱਖ ਹਰ ਜੇ ਤੇਰਾ ਪ੍ਰਤੱਖ ਦਰਸ਼ਨ ਦੇਖਣਾ ਹੈ
ਉਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਹੈ। ਹੈ ਤਿੰਨ ਭਾਈ ਇੱਕੋ ਪੁੱਤਰ ਦੀ ਪਿਤਾ ਦੀ ਔਲਾਦ ਇੱਕੋ ਮਾਂ ਦੀ ਕੁੱਖ ਨੂੰ ਭਾਗ ਲੱਗੇ ਨੇ। ਸਾਸ ਮੰਨੀ ਵਿਚਾਰ ਕਰਦੇ ਸਮਾਂ ਆਇਆ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਹਨਾਂ ਦਾ ਆਪਾਂ ਜੀਵਨ ਸਾਰੇ ਜਾਣਦੇ ਹਾਂ। ਬਚਪਨ ਵਿੱਚ ਮਾਤਾ ਗੁਜਰ ਗਈ, ਪਿਤਾ ਚਲੇ ਗਏ, ਸ਼ਰੀਕਾਂ ਨੇ ਘਰੋਂ ਘਰ ਦਿੱਤਾ, ਤਾਂ ਗੁਰੂ ਰਾਮਦਾਸ ਜੀ ਨੇ ਮਾਂ ਪੜੇ ਆਪਣੀ ਪੁੱਤਰੀ ਦਾ ਰਿਸ਼ਤਾ ਕੁਦਰਤੀ ਦਾਜ ਨਾਲ ਸ਼ਾਦੀ ਹੋਈ, ਫਿਰ ਪੁੱਤਰਾਂ ਦੀ ਦਾਤ ਪ੍ਰਾਪਤ ਹੋਈ। ਸਮਾਂ ਆ ਗਿਆ ਹੈ ਤੇ ਅੱਜ ਵੱਡੇ ਭਾਈ ਧੰਨ ਗੁਰੂ ਰਾਮਦਾਸ ਮਹਾਰਾਜ ਲਾਹੌਰ ਦੀ ਧਰਤੀ ਤੋਂ ਬਾਬਾ ਸਹਾਰੀ ਮਰ ਗਏ ਆਪਣੇ ਪੁੱਤਰ ਦੇ ਵਿਆਹ ਦਾ ਸੱਦਾ ਦੇਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਧੰਨ ਗੁਰੂ ਰਾਮਦਾਸ ਮਹਾਰਾਜ ਚਰਨਾਂ 'ਚ ਪਹੁੰਚ ਗਏ ਤੇ ਬੇਨਤੀ ਕਰਦੇ ਨੇ, ਮੇਰੇ ਭਰਾਤਾ ਜੀ ਤੁਸੀਂ ਅੱਜ ਗੁਰਗੱਦੀ ਤੇ ਵਿਰਾਜਮਾਨ ਹੋ ਤੇ ਰਿਸ਼ਤੇ ਵਿੱਚ ਮਿਲਦੇ ਤੁਸੀਂ ਛੋਟੇ ਭਾਈ, ਇਸ ਲਈ ਮੈਂ ਪੁੱਤਰ ਦੀ ਸ਼ਾਦੀ ਕਰਨੀ ਹੈ। ਮੈਂ ਚਾਹੁੰਦਾ ਮੇਰੇ ਵਿਆਹ ਦੇ ਅੰਦਰ ਪੁੱਤਰ ਦੀ ਸ਼ਾਦੀ ਦੇ ਅੰਦਰ ਤੁਸੀਂ ਆਪ ਆ ਕੇ ਆਸ਼ੀਰਵਾਦ ਦਿਓ, ਸਤਸੰਗ ਜੀ ਮੇਰਾ ਕਾਰਜ ਸੰਪੂਰਨ ਕਰੋ। ਤੇ ਧੰਨ ਸਤਿਗੁਰੂ ਰਾਮਦਾਸ ਜੀ ਸੋਚ ਵਿਚਾਰ ਵਿੱਚ ਰੰਭੇ ਨਾਲ ਵਿਚਾਰ ਕੀਤੀ ਕਿ ਮੈਨੂੰ ਜਾਣ ਨੂੰ ਕੋਈ ਗੱਲ ਨਹੀਂ, ਮੈਂ ਜਾ ਸਕਦਾ ਹਾਂ, ਤੁਹਾਡੇ ਕਾਰਜ ਸਹੂਲੇ ਹੋਣਗੇ, ਪਰ ਜੇ ਮੈਂ ਜਾਵਾਂਗਾ ਨਾ ਸਾਰੀਆਂ ਸੰਗਤਾਂ ਵੀ ਮੁਰੇ ਆਏ ਘਰ ਦੇ ਵਿੱਚ ਜਾਂਡੀ ਮਾਂਡੀ ਬਥੇਰੇ ਆਉਣੇ ਨੇ ਤੇ ਕਿਸੇ ਦੀ ਸੇਵਾ ਟਹਿਲ ਨਾ ਹੋਵੇ ਤਾਂ ਕਹਿਣਾ ਗੁਰੂਆਂ ਨੇ ਆ ਕੇ ਦਿੱਤੀ ਸੰਗਤਾਂ ਦੇ ਘਰ ਛਪਾ ਦਿੱਤਾ। ਇਸ ਲਈ ਅਸੀਂ ਤੁਹਾਡੇ ਨਾਲ ਆਪਣੇ ਪੁੱਤਰ ਨੂੰ ਭੇਜਦੇ, ਬਾਬਾ ਸਾਰੀ ਮਾਂ ਦੇ ਵੱਡੇ ਭਰਾ ਤਾਂ ਕਹਿੰਦੇ ਜਿਵੇਂ ਤੁਹਾਡਾ ਹੁਕਮ ਸਾਨੂੰ ਮਨਜ਼ੂਰ। ਤੇ ਧੰਨ ਸਤਿਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਜੀ ਨੂੰ ਸੱਦਾ ਭੇਜਿਆ, ਕਹਿੰਦੇ ਜਾ ਕੇ ਬੁਲਾ ਲਈਏ। ਸਾਸ ਜਦੋਂ ਆਏ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਬਚਨ ਕਰਦੇ ਕਹਿੰਦੇ ਪੁੱਤਰ ਜੀ ਦੇ ਪੁੱਤਰ ਦੇ ਵਿਆਹ ਦੀ ਸ਼ਾਦੀ ਹੈ, ਲਾਹੌਰ ਦੀ ਧਰਤੀ ਜਾਣਾ ਹੈ, ਸਾਰਾ ਕਾਰਜ ਕਰਦੇ। ਸਾਸਨ ਜੀ ਜਿਹਨਾਂ ਨੂੰ ਆਪਣੇ ਸਵਾਦਾਂ ਦੀ ਗੱਲ ਹੋਵੇ ਤੇ ਭਾਵੇਂ ਆਪਣੇ ਪਰਿਵਾਰ ਦੇ ਵੀ ਦੇਖੀ ਬੱਚੇ ਸਾਰੇ ਹੁੰਦੇ ਨੇ ਪਰ ਸਤਿਗੁਰੂ ਸਬੱਦ ਬਖਸ਼। ਬਾਬਾ ਪ੍ਰਿਥੀ ਚੰਦ ਕਹਿੰਦੇ ਮਹਾਰਾਜ ਇੱਥੇ ਸੰਗਤਾਂ ਬਹੁਤ ਨੇ, ਮੇਰੇ ਬਿਨਾਂ ਇੱਥੇ ਕੰਮ ਨਹੀਂ ਚੱਲਣਾ, ਸੰਗਤਾਂ ਰਸਤਾ ਵੀ ਲਿਆਉਂਦੀ, ਵੱਡੀ ਸੰਗਤ ਆਉਂਦੀ ਹੈ ਸੰਭਾਲਣੀ ਹੋਣੀ, ਇਸ ਲਈ ਤੁਸੀਂ ਛੋਟੇ ਨੂੰ ਭੇਜੋ। ਮਹਾਂਪੁਰਖਾਂ ਨੇ ਦੋ ਬਚਨ ਕੀਤੇ, ਤੀਜਾ ਬਚਨ ਕੀਤਾ ਨਹੀਂ ਮੰਨੇ। ਸਤਿਗੁਰਾਂ ਨੇ ਮਹਾਂਦੀਪ ਨੂੰ ਬੁਲਾਇਆ, ਜਦੋਂ ਮਹਾਂਦੀਪ ਆਏ ਕਹਿੰਦੇ ਮੈਨੂੰ ਤਾਂ ਕਿਸੇ ਆਏ ਚਾਚੇ ਨਾਲ ਬਾਈ ਮਸਤ ਰਹੇ ਕਿਉਂਕਿ ਮੈਂ ਤਾਂ ਮਸਤ ਰਹੇ ਨਾ, ਨਾ ਮੈਂ ਵਿਆਹ ਕਰਾਉਣਾ ਅਤੇ ਨਾ ਮੈਂ ਕਿਸੇ ਵਿਆਹ 'ਤੇ ਜਾਣਾ, ਉਹਨਾਂ ਨੇ ਬੇਟਾ। ਫਿਰ ਸਤਿਗੁਰਾਂ ਨੇ ਸਿੱਖ ਨੂੰ ਭੇਜਿਆ ਕਹਿੰਦੇ ਜਾਓ ਅਰਜਨ ਨੂੰ ਬੁਲਾ। ਜਦੋਂ ਸਾਹਿਬ ਸਤਿਗੁਰੂ ਅਰਜਨ ਦੇਵ ਜੀ ਆਏ ਆ ਕੇ ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ, ਅਤਿ ਸਤਿਕਾਰ ਜੋ ਪਿਤਾ ਤੋਂ ਵੱਡੇ ਤਾਇਆ ਜੀ ਉਹਨਾਂ ਨੂੰ ਨਮਸਕਾਰ ਕੀਤੇ ਅਤੇ ਆਖਿਆ ਪਾਤਸ਼ਾਹ ਕਿਵੇਂ ਹੁਕਮ ਕਿਵੇਂ ਬਦਲ ਹੁਕਮ ਕਰੋ, ਇਹਦੇ ਪੁੱਤਰ ਤੁਹਾਡੇ ਤਾਏ ਦੇ ਵਿਆਹ ਪੁੱਤਰ ਦੀ ਸ਼ਾਦੀ ਹੈ, ਤੁਸੀਂ ਲਾਹੌਰ ਜਾਣਾ ਹੈ, ਸਾਰਾ ਕਾਰਜ ਆਪ ਵਿੱਚ ਹੋਗੀ ਅੱਗੇ ਹੋਗੀ ਗੱਲ ਆ ਗਿਆ ਤੁਹਾਡੇ ਪੁੱਤਰ। ਕਹਿੰਦੇ ਪਾਤਸ਼ਾਹ ਜਿਵੇਂ ਤੁਹਾਡਾ ਹੁਕਮ ਕੀਤਾ ਕਰਦੇ, ਜਦੋਂ ਚੱਲਣ ਲੱਗੀ ਨਾ ਆਵਾਜ਼ ਮਾਰੀ ਕਹਿੰਦੇ ਪੁੱਤਰ ਇੱਕ ਗੱਲ ਹੋਰ ਕੀ, ਕਹਿੰਦੇ ਹੋਰ ਕੀ ਆ, ਕਹਿੰਦੇ ਦੂਜੀ ਗੱਲ ਇਹ ਪੁੱਤਰ ਸਾਰੇ ਵਿਆਹ ਨੂੰ ਆਪ ਅੱਗੇ ਹੋ ਕੇ ਸ਼ਰਧਾ ਭਾਵਨਾ ਪ੍ਰੇਮ ਨਾਲ ਸੰਪੂਰਨ ਕਰਨਾ ਹੈ, ਅਤੇ ਦੂਜਾ ਬਚਨ ਇਹ ਜਦੋਂ ਤੱਕ ਅਸੀਂ ਤੈਨੂੰ ਬੁਲਾਈਏ ਨਾ ਨਾ ਤੁਸੀਂ ਵਾਪਸ ਅੰਮ੍ਰਿਤਸਰ ਨਹੀਂ ਆਉਣਾ, ਗੱਲ ਕੇ ਆਪੂ ਸਤਨਾਮ ਸ੍ਰੀ ਵਾਹਿਗੁਰੂ। ਸਤਸੰਗ ਜੀ ਗੱਲ ਪਏ ਲਾਹੌਰ ਦੀ ਧਰਤੀ ਵਿਆਹ ਹੋ ਗਿਆ,
ਸਤਸੰਗ ਜੀ ਗੁਰੂ ਦਾ ਹੁਕਮ ਕਿ ਜਦੋਂ ਤੱਕ ਬੁਲਾਈਏ ਨਾ ਆਉਣਾ ਨਹੀਂ। ਅਤੇ ਸਤਸੰਗ ਜੀ ਇੱਕ ਮਹੀਨਾ ਲੰਘ, ਦੋ ਮਹੀਨੇ ਲੰਘ, ਲਾਹੌਰ ਦੀ ਧਰਤੀ ਧੰਨ ਸਤਿਗੁਰੂ ਰਾਮਦਾਸ ਮਹਾਰਾਜ ਚੁੰਨਾ ਮੰਡੀ ਲਾਹੌਰ ਜਨਮ ਸਥਾਨ ਦੀਵਾਨ ਖਾਨੇ ਗੁਰੂ ਕਿਆ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਦੇ ਨੇ, ਜਿਤ ਸੰਗਤ ਕਰਦੇ ਨੇ, ਰੱਬੀ ਭਜਨ ਸੁਣਾਉਂਦੇ ਨੇ, ਅਤੇ ਇੱਕ ਦਿਨ ਮਨ ਦੀ ਬੇਵਲਾ ਪ੍ਰਗਟ ਹੋਵੇ, ਰਿਹਾ ਨਹੀਂ ਗਿਆ। ਉਹ ਗੁਰੂ ਗੁਰਦੇਵ, ਉਹ ਸਤਿਗੁਰੂ, ਉਹ ਗੁਰੂ ਦੀਆਂ ਲਾੜੀਆਂ ਸੰਗਤਾਂ, ਉਹ ਗੁਰੂ ਦਾ ਦਰਬਾਰ ਜਿਹਦੇ ਨਿੱਤ ਦਰਸ਼ਨ ਕਰਦੇ ਨੇ, ਅੱਜ ਹਿਰਦੇ ਦੇ ਅੰਦਰ ਤੜਪ ਪੈਦਾ ਹੋਵੇ, ਇਹ ਹਿਰਦੇ ਤੋਂ ਬੋਲ ਪੈਦਾ ਹੋਵੇ। ਹੁਕਮ ਵੀ ਸਾਹਮਣੇ ਹੈ ਕਿ ਜਦੋਂ ਤੱਕ ਹੁਕਮ ਆਗਿਆ ਨਹੀਂ ਆਉਂਦੀ ਜਾਣਾ ਨਹੀਂ, ਪਰ ਹਿਰਦੇ ਦੀ ਵੇਦਨਾ ਪਾਤਸ਼ਾਹ ਬਦਲ ਕਰਦੇ ਨੇ। ਆਓ ਸਾਰੀ ਸੰਗਤ ਕਿਰਪਾ ਕਰੋ। Thank you.
ਸੁਣੋ ਪਟਵਾਰੀ
ਰੱਖਣ ਨੂੰ ਆਉਣ ਜਾਂਦੇ ਹੋਏ ਨਾਲ ਨਾਲ
ਕਿੱਥੇ ਕਰਨੀ ਹੈ ਸਾਨੂੰ ਤਾਂ ਫਿਰ